ਸੋ ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਹਰਪ੍ਰੀਤ ਬਲੌਗਸ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਕੈਨੇਡਾ ਇਜ਼ ਗੁੱਡ অপਸ਼ਨ ਟੂ ਮੂਵ ਇਨ 2023 ਐਂਡ 24 ਸੋ ਅੱਜ ਦੇ ਜੋ ਹਾਲਾਤ ਨੇ ਉਹ ਮੈਂ ਦੇਖ ਕੇ ਮੈਂ ਆਪਣਾ 8 ਮਹੀਨਿਆਂ ਦਾ ਐਕਸਪੀਰੀਅੰਸ ਕਿਉਂਕਿ ਮੈਨੂੰ 8 ਮਹੀਨੇ ਆਲਮੋਸਟ ਹੋ ਚੁੱਕੇ ਨੇ ਇੰਡੀਆ ਟੂ ਕੈਨੇਡਾ ਮੂਵ ਹੋਏ ਹੋਏ ਸੋ ਮੈਂ ਮੇਰਾ ਜੋ ਐਕਸਪੀਰੀਅੰਸ ਹੈ ਕਿ ਮੈਂ ਸਭ ਤੋਂ ਪਹਿਲਾਂ ਜੌਬ ਜਿਹੜੀ ਐਜ਼ ਅ ਮੂਵਰ ਕੀਤੀ ਸੀ ਐਮਾਜ਼ਨ ਦੇ ਵਿੱਚ ਜੌਬ ਕੀਤੀ ਦਨ ਉਸ ਤੋਂ ਬਾਅਦ ਕੈਨੇਡੀਅਨ ਟਾਇਰ ਦੇ ਵਿੱਚ ਮੈਨੂੰ ਸੋ ਕੈਨੇਡੀਅਨ ਟਾਇਰ ਦੇ ਵਿੱਚ ਮੈਨੂੰ ਜੌਬ ਕਿੱਦਾਂ ਮਿਲੀ ਅਗਰ ਤੁਸੀਂ ਚਾਹੁੰਦੇ ਹੋ ਕਿ ਉਹਦੀ ਵੀਡੀਓ ਮੈਂ ਬਣਾਵਾਂ ਤਾਂ ਨੀਚੇ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਸਕਦੇ ਹੋ ਸੋ ਵੈਸੇ ਅੱਜ ਦੀ ਵੀਡੀਓ ਦੀ ਜਿਹੜੀ ਆਪਣੀ ਗੱਲ ਹੈ ਉਹ ਇਹ ਹੈ ਕਿ ਇਸ ਟਾਈਮ ਦਾ ਜੋ ਐਕਸਪੀਰੀਅੰਸ ਹੈ ਇਸ ਟਾਈਮ ਸਾਰਿਆਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਜੌਬ ਦੀ ਬਹੁਤ ਜ਼ਿਆਦਾ ਸ਼ਾਰਟੇਜ ਚੱਲ ਰਹੀ ਹੈ ਬਹੁਤ ਸਾਰੇ ਸਟੂਡੈਂਟਸ ਬ੍ਰੈਮਟਨ ਸ਼ਹਿਰ ਕਿਉਂਕਿ ਮੈਂ ਬ੍ਰੈਮਟਨ ਦੇ ਵਿੱਚ ਰਹਿ ਰਿਹਾ ਤਾਂ ਬ੍ਰੈਮਟਨ ਦੀ ਜੋ ਗੱਲ ਕਰੂੰਗਾ ਕਿ ਬ੍ਰੈਮਟਨ ਸ਼ਹਿਰ ਦੇ ਵਿੱਚ ਰੋਜ਼ ਬਹੁਤ ਜ਼ਿਆਦਾ ਸਟੂਡੈਂਟਸ ਆ ਰਹੇ ਨੇ ਬਟ ਸਟੂਡੈਂਟਸ ਨੂੰ ਜੌਬ ਨਹੀਂ ਜੋ ਇਸ ਟਾਈਮ ਜੌਬਸ ਦੀ ਮਤਲਬ ਵੇਟ ਦੇ ਵਿੱਚ ਨੇ ਕਿਉਂਕਿ ਥੋੜੇ ਟਾਈਮ ਪਹਿਲਾਂ ਜਿਹੜੀ ਇੱਕ ਰੂਮਰਸ ਉੜੀ ਸੀ ਕਿ ਰੈਸੈਸ਼ਨ ਆ ਗਿਆ ਬਟ ਰੈਸੈਸ਼ਨ ਆਇਆ ਕਿ ਨਹੀਂ ਆਇਆ ਪਤਾ ਨਹੀਂ ਆਉਣ ਵਾਲਾ ਆਊਗਾ ਵੀ ਕਿ ਨਹੀਂ ਪਤਾ ਨਹੀਂ ਬਟ ਇਸ ਟਾਈਮ ਜੌਬ ਦੀ ਬਹੁਤ ਜ਼ਿਆਦਾ ਕਮੀ ਚੱਲ ਰਹੀ ਹੈ ਉਹਨਾਂ ਵਾਸਤੇ ਬਹੁਤ ਬੁਰਾ ਟਾਈਮ ਚੱਲ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਫੀਸਿਸ ਵੀ ਕਲੈਕਟ ਕਰਨੀ ਹੁੰਦੀਆਂ ਆਪਣਾ ਰੈਂਟ ਦੇਣਾ ਗਰੋਸਰੀ ਕਰਨੀ ਹੈ ਬਹੁਤ ਮੁਸ਼ਕਲ ਆ ਰਹੀਆਂ ਨੇ ਸੋ ਇਸ ਟਾਈਮ ਦੇ ਵਿੱਚ ਕਿਹਾ ਕੈਨੇਡਾ ਵਿੱਚ ਮੂਵ ਹੋਣਾ ਬਹੁਤ ਵਧੀਆ ਗੱਲ ਹੈ ਕਿ ਨਹੀਂ ਇਹ ਸਭ ਤੋਂ ਵੱਡਾ ਕੁਐਸਚਨ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਆਲਸ ਕਰ ਰਹੇ ਨੇ ਇੰਡੀਆ ਦੇ ਵਿੱਚ ਬੈਠ ਕੇ ਇਹ ਸੋਚ ਕੇ ਕਿ ਅਸੀਂ ਕੈਨੇਡਾ ਜਾਣਾ ਸੋ ਉਹਨਾਂ ਨੂੰ ਸੁਜੈਸ਼ਨ ਇਹ ਹੈ ਕਿ ਆਪਣੀ ਪ੍ਰੋਪਰ ਪਲੈਨਿੰਗ ਦੇ ਨਾਲ ਆਣ ਆਪਣੇ ਹੱਥ ਦੇ ਵਿੱਚ ਕੋਈ ਨਾ ਕੋਈ ਸਕਿੱਲਸ ਜ਼ਰੂਰ ਲੈ ਕੇ ਆਓ ਚਾਹੇ ਉਹ ਸਲੂਨ ਦਾ ਸਕਿੱਲ ਹੈ ਚਾਹੇ ਉਹ ਫਰਨੀਚਰ ਦਾ ਹੈ ਚਾਹੇ ਉਹ ਬਿਊਟੀ ਪਾਰਲਰ ਜੋ ਸਮੂਥਨਿੰਗ ਫੇਸ਼ੀਅਲ ਗਰਲਸ ਦੀ ਗੱਲ ਕਰਦੇ ਆਂ ਅਗਰ ਇਹ ਸਾਰੇ ਸਕਿੱਲਸ ਉਹ ਪਹਿਲਾਂ ਇੰਡੀਆ ਤੋਂ ਲੈ ਕੇ ਆਣ ਫੋਰ ਐਗਜ਼ਾਮਪਲ ਸਲੂਨ ਦਾ ਕੰਮ ਇੱਧਰ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਸੈਲੂਨ ਦਾ ਕੰਮ ਕਰਨਾ ਜਾਣਦੇ ਹੋ ਤਾਂ ਤੁਸੀਂ ਮਤਲਬ ਇੱਧਰ ਤੁਹਾਨੂੰ ਕੰਮ ਦੀ ਸੋਚਣ ਦੀ ਵੀ ਲੋੜ ਨਹੀਂ ਤੁਸੀਂ ਆਪਣਾ ਘਰੇ ਬੇਸਮੈਂਟ ਦੇ ਵਿੱਚ ਜਾਂ ਉਹਦੇ ਵਿੱਚ ਸਟਾਰਟ ਕਰ ਸਕਦੇ ਹੋ ਸੋ ਅਗਰ ਤੁਸੀਂ ਕੈਨੇਡਾ ਮੂਵ ਹੋ ਰਹੇ ਹੋ ਤਾਂ ਕੈਨੇਡਾ ਦੇ ਵਿੱਚ ਆਣ ਤੋਂ ਪਹਿਲਾਂ ਤੁਹਾਡੇ ਕੋਲ ਸਕਿੱਲਸ ਹੋਣੇ ਬਹੁਤ ਜ਼ਰੂਰੀ ਨੇ ਕੋਈ ਵੀ ਜੋ ਸਕਿੱਲ ਹੈ ਤੁਹਾਡੇ ਕੋਲ ਬਹੁਤ ਟਾਈਮ ਹੁੰਦਾ ਤੁਸੀਂ ਉਹ ਸਿੱਖ ਕੇ ਆਓ ਤੇ ਇੱਧਰ ਆ ਕੇ ਉਹ ਕੰਟੀਨਿਊ ਕਰੋ ਉਹਨਾਂ ਨੂੰ ਇੰਪਲੀਮੈਂਟ ਕਰੋ ਐਂਡ ਸੈਕੰਡਲੀ ਜਿਹੜੇ ਇੱਧਰ ਸਟੂਡੈਂਟਸ ਆਲਰੇਡੀ ਪਹੁੰਚ ਚੁੱਕੇ ਨੇ ਤੇ ਉਹਨਾਂ ਕੋਲ ਜੌਬ ਨਹੀਂ ਹੈ ਸਰ ਮੈਂ ਸਾਰਿਆਂ ਨੂੰ ਹੀ ਸਜੈਸਟ ਕਰੂੰਗਾ ਕਿ ਘਰੇ ਨਾ ਬੈਠੋ ਜਿੰਨੀਆਂ ਵੀ ਏਜੰਸੀਜ਼ ਨੇ ਸਾਰਿਆਂ ਚ ਰਨਰੋਲ ਹੋ ਜੋ ਜੌਬ ਦੀ ਟਰਾਈ ਕਰਦੇ ਰਹੋ ਘਰੇ ਨਾ ਬੈਠੋ ਸਾਰੀਆਂ ਏਜੰਸੀਜ਼ ਜਿੰਨੀਆਂ ਵੀ ਤੁਹਾਡੇ ਆਲੇ ਦੁਆਲੇ ਤੁਹਾਡੇ ਸ਼ਹਿਰ ਦੇ ਵਿੱਚ ਬ੍ਰੈਂਟਨ ਮਿਸਿਸਾਗਾ ਜਿਹੜਾ ਜਿੰਨੀਆਂ ਵੀ ਟੋਪਿਕ ਔਰੇਂਜ ਵਿਲੇਜ ਜਿੰਨੀਆਂ ਵੀ ਏਜੰਸੀਜ਼ ਨੇ ਸਾਰੀਆਂ ਏਜੰਸੀਜ਼ ਦੇ ਵਿੱਚ बार-बार ਵਿਜ਼ਿਟ ਕਰੋ ਜਦ ਤੱਕ ਤੁਹਾਨੂੰ ਜੌਬ ਨਹੀਂ ਮਿਲਦੀ ਕਿਉਂਕਿ ਘਰੇ ਬੈਠ ਕੇ ਜੌਬ ਨਹੀਂ ਮਿਲਣੀ ਜੌਬਸ ਹੈਗੀਆਂ ਨੇ ਬਟ ਤੁਹਾਨੂੰ ਮੂਵ ਕਰਨਾ ਜ਼ਰੂਰ ਪਊਗਾ ਤੁਸੀਂ ਬਾਰ-ਬਾਰ ਏਜੰਸੀਸ ਨੂੰ ਕਾਲ ਕਰੋ ਉਹ ਤੁਹਾਨੂੰ ਜੌਬ ਪ੍ਰੋਵਾਈਡ ਕਰਨਗੇ ਜੌਬਸ ਹੈਗੀਆਂ ਨੇ ਘਟਨੇ ਬਟ ਤੁਸੀਂ ਅਗਰ ਟਰਾਈ ਕਰਦੇ ਰਹੋਗੇ ਤਾਂ ਤੁਹਾਨੂੰ ਜੌਬ ਜ਼ਰੂਰ ਮਿਲੂਗੀ ਸੋ ਸੈਕੰਡਲੀ ਅਗਰ ਤੁਹਾਨੂੰ ਕੋਈ ਜੌਬ ਨਹੀਂ ਮਿਲ ਰਹੀ ਤਾਂ ਇਹ ਟਾਈਮ ਨੂੰ ਤੁਸੀਂ ਯੂਟਿਲਾਈਜ਼ ਕਰ ਸਕਦੇ ਹੋ ਤੁਸੀਂ ਸਿਕਿਉਰਿਟੀ ਦਾ ਲਾਇਸੈਂਸ ਬਣਾਓ ਫੋਰਕ ਲਿਫਟ ਦਾ ਲਾਇਸੈਂਸ ਬਣਾਓ ਕਿਉਂਕਿ ਸਕਿਉਰਿਟੀ ਦੀ ਜੌਬਸ ਬਹੁਤ ਈਜ਼ੀਲੀ ਮਿਲ ਜਾਂਦੀ ਹੈ ਫੋਰਕ ਲਿਫਟ ਦੀ ਅਗਰ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਤਾਂ ਫੋਰਕ ਲਿਫਟ ਦਾ ਲਾਇਸੈਂਸ ਤੁਸੀਂ ਬਣਾਓ ਉਹਦੀ ਸ਼ਾਰਟੇਜ ਚੱਲ ਰਹੀ ਹੈ ਬਹੁਤ ਜ਼ਿਆਦਾ ਪਰ ਕਦੇ ਨਾ ਕਦੇ ਕਿਤੇ ਨਾ ਕਿਤੇ ਉਹ ਕੰਮ ਜ਼ਰੂਰ ਆਊਗਾ ਤੁਹਾਡੇ ਕੋਲ ਇੱਕ ਆਪਸ਼ਨਸ ਬੱਜ ਜਾਂਦੀ ਹੈ ਸਕਿਉਰਿਟੀ ਐਂਡ ਫੋਰਕ ਲਿਫਟ ਦੇ ਲਾਇਸੈਂਸ ਦੇ ਨਾਲ ਸੋ ਜਿਹੜੀ ਏਜੰਸੀਆਂ ਮੈਨੂੰ ਪਤਾ ਨੇ ਕਿ ਐਰੋ ਰੈਂਸਟੈਡ ਐਂਡ ਐਡੇਕੋ ਇਹ ਜੌਬਸ ਪ੍ਰੋਵਾਈਡ ਕਰਦੀਆਂ ਨੇ ਸੋ ਇਹਨਾਂ ਏਜੰਸੀਸ ਜਾ ਕੇ انرੋਲ ਹੋਵੋ ਉਹਨਾਂ ਨੂੰ ਬਾਰ-ਬਾਰ ਫੋਨ ਕਰੋ ਕਿਉਂਕਿ ਉਹ ਤੁਹ ਪਰ অপਸ਼ਨਸ ਜਿਹੜੇ ਨੇ ਜਿਹੜੇ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਹੈ ਕਿ ਅਗਰ ਤੁਹਾਨੂੰ ਫੋਨ ਆਉਣ ਤੋਂ ਪਹਿਲਾਂ ਹੀ ਉਹ ਜਿਹੜੀ ਸੀਟ ਵੈਕੈਂਸੀ ਹੁੰਦੀ ਹੈ ਉਹ ਫੁੱਲ ਹੋ ਜਾਂਦੀ ਹੈ ਤਾਂ ਅਗਰ ਤੁਸੀਂ ਬਾਰ ਬਾਰ ਵਿਜ਼ਿਟ ਕਰੋਗੇ ਉਹਨਾਂ ਨੂੰ ਫੋਨ ਕਰੋਗੇ ਉਹਨਾਂ ਨੂੰ ਧਿਆਨ ਚ ਰੂਗਾ ਕਿ ਤੁਸੀਂ ਉਹਨਾਂ ਨੂੰ ਕਾਲ ਕੀਤੀ ਹੈ ਤਾਂ ਜਦੋਂ ਵੀ ਕੋਈ ਜੌਬ ਖੁੱਲਦੀ ਹੈ ਤਾਂ ਉਹ ਤੁਹਾਨੂੰ ਕਾਲ ਕਰਦੇ ਆਂ ਸੋ ਮੇਰੀ ਸਲਾਹ ਇਹ ਹੈ ਕਿ ਜਿਆਦਾ ਤੋਂ ਜਿਆਦਾ ਵਿਜ਼ਿਟ ਕਰੋ ਏਜੰਸੀਜ਼ ਦੇ ਵਿੱਚ ਤੁਹਾਨੂੰ ਜੌਬ ਜ਼ਰੂਰ ਮਿਲੂਗੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੈਂ ਬਹੁਤ ਟਾਈਮ ਬਾਅਦ ਅੱਜ ਵੀਡੀਓ ਬਣਾਈ ਹੈ ਕਿਉਂਕਿ ਟਾਈਮ ਦੀ ਸ਼ਾਰਟੇਜ ਚੱਲ ਰਹੀ ਹੈ ਜੌਬ ਜਿਹੜੀ ਮੇਰੀ ਹੈ ਮੰਡੇ ਟੂ ਫਰਾਈਡੇ ਹੁੰਦੀ ਹੈ ਸੋ ਮੈਂ ਸੈਚਰਡੇ ਐਂਡ ਸੰਡੇ ਫ੍ਰੀ ਹੁੰਨਾ ਬਟ ਘਰ ਦੇ ਕੰਮ ਗਰੋਸਰੀਆਂ ਦੇ ਵਿੱਚ ਇੰਨਾ ਹੀ ਨਿਕਲ ਜਾਂਦਾ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਅਗਲੀਆਂ ਵੀਡੀਓਜ਼ ਮੇਰੀਆਂ ਕੰਟੀਨਿਊ ਟਾਈਮ ਟੂ ਟਾਈਮ ਆਉਣ ਸੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ